ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਵੇਰਕਾ ਪਲਾਂਟ ਦੇ ਬਿਲਕੁਲ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ। ਆਪਣੀ ਮੰਗਾਂ ਨੂੰ ਲੈ ਕੇ ਜਿਹੜੇ ਵਰਕਰਸ ਨੇ ਪੰਜਾਬ ਭਰ ਤੋਂ ਇੱਥੇ ਪਹੁੰਚੇ ਨੇ ਤੇ ਪੂਰਾ ਇੱਕ ਇਹਦੇ ਵਿੱਚ ਕੰਟਰੈਕਟ ਵਰਕਰ ਵੀ ਨੇ ਤੇ ਨਾਲ ਦੇ ਨਾਲ ਪੱਕੇ ਵੀ ਜਿਹੜੇ ਵਰਕਰ ਨੇ ਉਹਨਾਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਇਹ ਪ੍ਰੋਟੈਸਟ ਕੀਤਾ ਜਾ ਰਿਹਾ। ਹਾਲਾਂਕਿ ਕਾਫੀ ਲੰਬੇ ਸਮੇਂ ਤੋਂ ਇਹ ਡਿਮਾਂਡ ਸੀ ਜਿਸ ਨੂੰ ਲੈ ਕੇ ਅੱਜ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ। ਇਹਨਾਂ ਦਾ ਸਾਫ਼ ਤੌਰ ਤੇ ਕਹਿਣਾ ਕਿ CTC ਨੂੰ ਬੰਦ ਕੀਤਾ ਜਾਵੇ, ਹਾਲਾਂਕਿ ਇਹਨਾਂ ਦੇ ਜਿਹੜੀ ਵੀ ਮੰਗਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ, ਜਿਸ ਕਰਕੇ ਅੱਜ ਇਹ ਪ੍ਰੋਟੈਸਟ ਜਿਹੜਾ ਉਹ ਕੀਤਾ ਜਾ ਰਿਹਾ। ਔਰ ਇਹਨਾਂ ਦੇ ਜਿਹੜੇ ਸੀਨੀਅਰ ਮੈਨੇਜਮੈਂਟ ਦੇ ਨੇ, ਇਹਨਾਂ ਦੇ ਪ੍ਰਧਾਨ ਨੇ, ਉਹਨਾਂ ਦੀ ਮੀਟਿੰਗ ਵੀ ਕੀਤੀ ਜਾ ਰਹੀ ਹੈ। ਲੇਕਿਨ ਵੇਰਕਾ ਦੇ ਬਿਲਕੁਲ ਬਾਹਰ ਇਹ ਗੇਟ ਬੰਦ ਕਰਕੇ ਵੇਰਕਾ ਦਾ ਇਹ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ। ਤਸਵੀਰਾਂ ਤੁਸੀਂ ਵੇਖ ਰਹੇ ਹੋ, ਵੇਰਕਾ ਪਲਾਂਟ ਦੇ ਬਿਲਕੁਲ ਬਾਹਰ ਦੀ ਇਹ ਗੇਟ ਬੰਦ ਕਰਕੇ ਇਹ ਪ੍ਰੋਟੈਸਟ ਕਰਦੇ ਨਜ਼ਰ ਆ ਰਹੇ। ਇਹਨਾਂ ਦੇ ਜਿੰਨੇ ਵੀ ਜਿਹੜੇ ਪ੍ਰਧਾਨ ਨੇ, ਮੈਨੇਜਮੈਂਟ ਦੇ ਲੋਕ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਭਾਜੀ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਵੀਰਕਾ ਦਾ ਗੇਟ ਬੰਦ ਕਰਕੇ, ਕੀ ਮੰਗਾਂ ਨੇ ਤੁਹਾਡੀਆਂ, ਕਿੱਥੋਂ ਜਿਹੜਾ ਹੈਗਾ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ 'ਚ ਤੁਸੀਂ ਆਏ? ਮੇਰਾ ਨਾਮ ਨਿਰਮਲ ਸਿੰਘ ਹੈ ਜੀ, ਮੀਤ ਪ੍ਰਧਾਨ CTC ਯੂਨੀਅਨ ਪੰਜਾਬ। ਇਹ ਜਿਹੜਾ ਧਰਨਾ ਲੱਗ ਰਿਹਾ, CTC ਦੇ ਜਿਹੜੇ ਕਾਲੇ ਕਾਨੂੰਨ ਲੱਗੇ ਹੋਏ ਨੇ ਉਹਨਾਂ ਦੇ ਖਿਲਾਫ ਲੱਗ ਰਿਹਾ। ਪੂਰੇ ਪੰਜਾਬ ਤੋਂ ਜਿਹੜੇ ਅਸੀਂ ਮੁਲਾਜ਼ਮ ਇੱਥੇ ਆਏ ਹੋਏ ਹਾਂ ਅਤੇ ਮੋਹਾਲੀ ਪਲਾਂਟ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਾਂ। ਇਹ 2018 ਦੇ ਵਿੱਚ ਜਿਹੜੇ ਕਾਨੂੰਨ ਲੱਗੇ ਸੀ, ਸਿਟੀ ਕੋਸਟੂ ਕੰਪਨੀ, ਜਿਹੜਾ ਵੇਰਕਾ ਵਾਲਾ ਡਿਪਾਰਟਮੈਂਟ ਆ, ਸਹਿਕਾਰਤਾ ਦਾ ਡਿਪਾਰਟਮੈਂਟ ਆ, ਕੋਪਰੇਟ ਡਿਪਾਰਟਮੈਂਟ ਹੈ, ਇਹਦੇ ਉੱਪਰ ਜਿਹੜੇ ਪਹਿਲਾਂ ਸਕੇਲ ਲੱਗਦੇ ਸੀ, ਤਨਖਾਹਾਂ ਮਿਲਦੀਆਂ ਸੀਗੀਆਂ, ਉਹ ਪੰਜਾਬ ਸਰਕਾਰ ਦੀ ਤਰਜ਼ 'ਤੇ ਮਿਲਦੀਆਂ ਸੀਗੀਆਂ। ਪਰ 2018 ਦੇ ਵਿੱਚ ਜਿਹੜੇ ਇਹ ਰੂਲ ਆਏ ਨੇ ਉਹਨਾਂ ਨਾਲ ਕੀ ਹੋਇਆ ਕਿ ਉੱਕਾ ਪੁੱਕਾ ਸੈਲਰੀਆਂ ਕਰਤੀਆਂ ਕਿ ਜੇ ਕੰਪਨੀ ਥੋੜ੍ਹੀ ਘਾਟੇ 'ਚ ਹੈ ਤਾਂ ਤੁਹਾਡੇ ਇਨਕਰੀਮੈਂਟ ਨਹੀਂ ਲੱਗਣਗੇ। ਬਹੁਤ ਜਿਹੜੀਆਂ ਥੱਲੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀਆਂ ਤਨਖਾਹਾਂ ਬਹੁਤ ਘੱਟ ਗਈਆਂ ਨੇ ਅਤੇ ਜਿਹੜੇ ਉੱਪਰ ਵਾਲੇ ਲੈਵਲ ਨੇ ਉਹਨਾਂ ਤਨਖਾਹਾਂ ਵੱਧ ਗਈਆਂ ਨੇ, ਬਹੁਤ ਜ਼ਿਆਦਾ ਗੈਪ ਵਧਾ ਦਿੱਤਾ ਗਿਆ। ਤਨਖਾਹਾਂ ਦਾ ਤਾਂ ਸਾਨੂੰ ਫਰਕ ਪਿਆ ਹੀ ਪਿਆ, ਪਰ ਇਹਦੇ ਨਾਲ ਜਿਹੜਾ ਨਿੱਜੀਕਰਨ ਵੀ ਜਿਹੜਾ ਵੱਧ ਰਿਹਾ ਸਾਡਾ ਜਿਹੜਾ ਅਦਾਰਾ ਨੇ, ਕਿਉਂਕਿ ਇਹ ਜਿਹੜਾ ਕਿਸਾਨਾਂ ਦਾ ਅਦਾਰਾ ਹੈਗਾ, ਜੇ ਇਹ ਨਿੱਜੀਕਰਨ ਵੱਲ ਵੱਧ ਗਿਆ ਤਾਂ ਜਿਹੜਾ ਪਿੰਡਾਂ ਦੇ ਵਿੱਚ ਜਿਹੜਾ ਦੁੱਧ ਹੁਣ ਸਹੀ ਰੇਟਾਂ 'ਤੇ ਚੱਕਿਆ ਜਾ ਰਿਹਾ, ਉਹ ਸਹੀ ਰੇਟਾਂ 'ਤੇ ਵੀ ਨਹੀਂ ਚੱਕਿਆ ਜਾਊਗਾ ਅਤੇ ਜਿਹੜਾ ਲੋਕਾਂ ਨੂੰ ਸ਼ਹਿਰਾਂ ਦੇ ਵਿੱਚ ਦੁੱਧ ਸਹੀ ਰੇਟ 'ਤੇ ਮਿਲਿਆ ਉਹ ਵੀ ਸਹੀ ਰੇਟ 'ਤੇ ਨਹੀਂ ਮਿਲੂਗਾ। ਤੁਹਾਡੀ ਕੋਈ ਮੈਨੇਜਮੈਂਟ ਦੇ ਅਧਿਕਾਰੀਆਂ ਦੇ ਨਾਲ ਜਾਂ ਕਿਸੇ ਮੰਤਰੀ ਨਾਲ ਮੀਟਿੰਗ ਹੋਈ ਹੈ ਪਹਿਲਾਂ ਇਸ ਤੋਂ? ਹਾਂਜੀ, 2018 ਦੇ ਵਿੱਚ ਰੂਲ ਲੱਗੇ ਸੀਗੇ, 6 ਸਾਲ ਹੋ ਗਏ ਮੀਟਿੰਗਾਂ ਚੱਲਦੀਆਂ ਰਹੀਆਂ, ਅਸੀਂ 6 ਸਾਲਾਂ ਤੋਂ ਇਹ ਲੜਾਈ ਲੜ ਰਹੇ ਹਾਂ, ਪਰ ਸਾਨੂੰ ਮਜਬੂਰ ਨੇ, ਸਾਡੇ ਜਿੰਨੇ ਵੀ ਸਾਰੇ ਮੁਲਾਜ਼ਮ ਨੇ, 150 ਬੰਦਾ ਅਸੀਂ ਸਾਰੇ ਪੰਜਾਬ ਤੋਂ ਆਏ ਹਾਂ, ਸਾਰੇ ਪੇਪਰ ਦੇ ਕੇ ਆਏ ਨੇ, ਈਵਨ 800 ਮੁਲਾਜ਼ਮ ਸਾਡਾ ਪੇਪਰ ਦੇ ਕੇ ਆਇਆ ਸੀਗਾ, ਜਿਹਦੇ ਵਿੱਚੋਂ 500 ਮੁਲਾਜ਼ਮ ਸਾਡਾ ਛੱਡ ਕੇ ਚਲਾ ਗਿਆ। ਉਹਨਾਂ ਨੇ ਪੂਰੀ ਮਿਹਨਤ ਕਰਕੇ ਨੌਕਰੀਆਂ ਲਈਆਂ ਸੀ ਅਤੇ ਮਜਬੂਰਨ ਉਹ ਘੱਟ ਤਨਖਾਹਾਂ ਦੇ ਕੇ ਜਿਹੜੇ ਛੱਡ ਕੇ ਚਲੇ ਗਏ ਨੇ। ਮੀਟਿੰਗਾਂ ਸਾਡੀਆਂ ਮੈਨੇਜਮੈਂਟਾਂ ਹੁੰਦੀਆਂ ਰਹੀਆਂ ਨੇ, ਪਰ ਸਾਨੂੰ ਅੱਜ ਮਜਬੂਰ ਕਰ ਦਿੱਤਾ ਗਿਆ ਕਿ ਅਸੀਂ ਮੋਹਾਲੀ ਪਲਾਂਟ ਦੇ ਇੱਥੇ ਸਾਨੂੰ ਧਰਨਾ ਲਾਉਣ ਲਈ ਮਜਬੂਰ ਕੀਤਾ। ਅੱਜ ਅਸੀਂ ਸੜਕਾਂ 'ਤੇ ਬਹਿ ਗਏ ਹਾਂ CTC ਕਾਨੂੰਨਾਂ ਨੂੰ ਰੱਦ ਕਰਵਾਉਣ ਲਈ। ਅਤੇ ਕਈ ਜਿਹੜੇ ਮੁਲਾਜ਼ਮ ਨੇ, ਭਾਅ ਜੀ ਤੁਸੀਂ ਗੱਲ ਕਹੀ ਕਿ ਕਾਫੀ ਮੁਲਾਜ਼ਮ ਵੀ ਛੱਡ ਗਏ ਨੇ, ਕਿਉਂਕਿ 2018 ਤੋਂ ਲੈ ਕੇ ਉਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਸਰੇ ਨਹੀਂ ਚੜੀ? ਦੇਖੋ ਜੀ, 2018 ਤੋਂ ਬਾਅਦ 2024 ਆ ਗਿਆ, 850 ਮੁਲਾਜ਼ਮਾਂ ਵਿੱਚੋਂ 600 ਦੇ ਕਰੀਬ ਮੁਲਾਜ਼ਮ ਛੱਡ ਗਿਆ। ਮੁਲਾਜ਼ਮ ਛੱਡਣ ਦੇ ਨਾਲ ਘਾਟਾ ਕਿਹਨੂੰ ਪਿਆ? ਪਲਾਂਟਾਂ ਨੂੰ ਘਾਟਾ ਪਿਆ, ਅੱਜ ਇਹਨਾਂ ਕੋਲ ਪੱਕੇ ਮੁਲਾਜ਼ਮ ਹੈ ਨਹੀਂ। ਅਤੇ ਜਿਹੜਾ ਮੁਲਾਜ਼ਮ ਛੱਡ ਕੇ ਗਿਆ, 2 ਸਾਲ ਦਾ ਪ੍ਰੋਬੇਸ਼ਨ ਕਰਕੇ ਗਿਆ, ਉਹ ਤੋਂ ਬਾਅਦ ਸਾਲ ਲਾ ਕੇ ਗਿਆ, ਅਸੀਂ ਐਵਰੇਜ ਕੱਢੀ ਸੀ ਇੱਕ ਮੁਲਾਜ਼ਮ ਦੀ 25,000 ਰੁਪਿਆ, ਠੀਕ ਹੈ? ਜੇ ਆਪਾਂ ਸਿੱਧਾ ਸਿੱਧਾ ਸਾਲ ਦੀ ਲਈਏ, 18 ਕਰੋੜ ਰੁਪਏ ਦਾ ਘਾਟਾ ਪਲਾਂਟਾਂ ਨੂੰ ਪਿਆ, ਮਿਲਕ ਫੈਡ ਨੂੰ 1 ਸਾਲ ਦਾ, ਅਤੇ 2 ਸਾਲਾਂ ਦਾ 36 ਕਰੋੜ। ਅਸੀਂ ਇਹ ਸਵਾਲ ਮਿਲਕ ਫੈਡ ਨੂੰ ਵੀ ਕੀਤਾ ਵੀ ਐਡਾ ਵੱਡਾ ਜਿਹੜਾ ਘਾਟਾ ਪਿਆ, ਇਹਦੀ ਜਵਾਬਦੇਹੀ ਕਿਸ ਪ੍ਰਸ਼ਾਸਨ ਦੀ ਹੈ, ਕਿਹਨਾਂ ਦੀ ਜਵਾਬਦੇਹੀ ਹੈ? ਜਿਹੜਾ 36 ਕਰੋੜ ਦਾ ਘਾਟਾ ਪਲਾਂਟਾਂ ਨੂੰ ਪਿਆ, ਮਿਲਕ ਫੈਡ ਨੂੰ ਪਿਆ, ਇਹਦੀ ਜਵਾਬਦੇਹੀ ਕੌਣ ਤੈਅ ਕਰੂਗਾ? ਅਸੀਂ ਇਹ ਮੁੱਦਾ ਚੱਕਿਆ ਸਰਕਾਰ ਅੱਗੇ ਵੀ, RCS ਅੱਗੇ ਵੀ ਅਤੇ ਮਿਲਕ ਫੈਡ ਅੱਗੇ ਵੀ, ਸਮਝੇ ਉਹ ਸਾਡੀ ਫਿਰ ਮਾਣਯੋਗ ਚੇਅਰਮੈਨ ਸਾਹਿਬ ਨੇ ਕਮੇਟੀ ਗਠਿਤ ਕੀਤੀ,
ਸਾਡੇ ਬਹੁਤ ਹੀ ਸੁਚੱਜੇ ਬੁੱਧੀਜੀਵੀ ਜਿਹੜੇ ਪ੍ਰਸ਼ਾਸਨ 'ਚ ਕੰਮ ਕਰਦੇ ਮੈਨੇਜਰ ਨੇ ਉੱਚ ਅਹੁਦੇ ਦੇ, ਉਹਨਾਂ ਨੇ ਕਮੇਟੀ ਬਣਾ ਕੇ ਇਹਨਾਂ ਰੂਲਾਂ ਨੂੰ ਘੋਖਿਆ ਪੜਤਾਲਿਆ ਵੀ ਇਹ ਕਿਸੇ ਵੀ ਪੱਖੋਂ ਅਦਾਰੇ ਲਈ ਹਿੱਤਕਾਰੀ ਨਹੀਂ ਹੈ। ਉਸ ਤੋਂ ਬਾਅਦ ਇੰਪਲੀਮੈਂਟੇਸ਼ਨ ਕੁਛ ਹੋਇਆ ਨਹੀਂ, ਹਿੱਤਕਾਰੀ ਨਹੀਂ ਹੈ। ਉਹਨਾਂ ਨੇ ਰਿਪੋਰਟ ਤਿਆਰ ਕੀਤੀ, ਬੋਰਡ 'ਚ ਏਜੰਡਾ ਪਿਆ, 15-2-2024 ਨੂੰ ਬੋਰਡ ਦੇ ਵਿੱਚ ਏਜੰਡਾ ਪਾਸ ਕਰਤਾ ਵੀ ਇਹਨਾਂ ਰੂਲਾਂ ਨੂੰ ਹੁਣ ਰੱਦ ਕਰ ਦਿਓ, ਨਹੀਂ ਤਾਂ ਬਹਿਕਮੇ ਦਾ ਪੱਠਾ ਬੈਠ ਗਿਆ। ਠੀਕ ਹੈ ਜੀ, ਰੂਲ ਰੱਦ ਕਰਕੇ ਅੱਗੇ ਆਰਸੀਐਸ ਸਾਹਿਬ ਕੋ ਫਾਈਲ ਭੇਜੀ। ਆਰਸੀਐਸ ਸਾਹਿਬ ਸੁੱਤੇ ਹੋਏ ਨੇ ਪਿਛਲੇ 6 ਮਹੀਨਿਆਂ ਤੋਂ, ਸਾਡੇ ਤਾਂ ਕੋਈ ਕੁਛ ਵੀ ਉਹਨਾਂ ਵੱਲੋਂ ਇੰਪਲੀਮੈਂਟੇਸ਼ਨ ਨਹੀਂ। ਅਸੀਂ 4 ਵਾਰ ਮੀਟਿੰਗ ਕਰਕੇ ਆਏ ਆਰਸੀਐਸ ਸਾਹਿਬ ਨਾਲ, ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਪੋਜ਼ਿਟਿਵ ਅਪਰੋਚ ਨਹੀਂ ਰਹੀ। ਠੀਕ ਹੈ, ਜਿਸ ਹੁਣ ਭਾਜੀ ਅੱਜ ਬੰਦ ਕੀਤਾ ਹੋਇਆ ਤੁਸੀਂ ਗੇਟ ਜਾਣਾ ਨਹੀਂ? ਨਹੀਂ, ਬੰਦ ਨਹੀਂ ਕੀਤਾ ਹੋਇਆ, ਸਪਲਾਈ ਚੱਲ ਰਹੀ ਹੈ, ਤੁਸੀਂ ਦੇਖ ਰਹੇ ਹੋ ਗੱਡੀਆਂ ਆ ਰਹੀਆਂ ਨੇ, ਗੱਡੀਆਂ ਜਾ ਰਹੀਆਂ ਨੇ। ਅਸੀਂ ਹਾਲੇ ਕਿਸੇ ਵੀ ਤਰ੍ਹਾਂ ਦੀ ਸਪਲਾਈ ਦੇ ਵਿੱਚ ਵਿਘਨ ਨਹੀਂ ਪਾ ਰਹੇ। ਸਾਡਾ ਅਦਾਰਾ ਹੈ, ਅਸੀਂ ਕੰਮ ਕਰਦੇ, ਸਾਡੇ ਨਾਲ ਜੁੜਿਆ ਹੋਇਆ, ਠੀਕ ਹੈ, ਅਸੀਂ ਇਹਦੇ 'ਚ ਕਿਸੇ ਤਰ੍ਹਾਂ ਦਾ ਵਿਘਨ ਨਹੀਂ ਪਾ ਰਹੇ। ਸਾਡੇ ਸਾਥੀ ਗਏ ਨੇ MD ਸਾਹਿਬ ਨਾਲ ਮੀਟਿੰਗ ਕਰਨ, ਅੱਜ ਦਾ ਟਾਈਮ ਦਿੱਤਾ ਹੋਇਆ, ਅਗਰ ਕੋਈ ਸਿੱਟਾ ਨਹੀਂ ਨਿਕਲਦਾ ਤਾਂ ਅਸੀਂ ਇੱਥੋਂ ਐਲਾਨ ਕਰਦੇ ਹਾਂ ਵੀ ਜਿਹੜਾ ਧਰਨਾ ਹੈ ਨਾ ਅਣਮਿੱਥੇ ਸਮੇਂ ਲਈ ਚੱਲੂਗਾ, ਪੂਰੇ ਪੰਜਾਬ 'ਚ ਚੱਲੂਗਾ।